ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ। ਸੋ ਮੋਰਨਿੰਗ ਟਾਈਮ ਆ ਅਤੇ ਮੈਨੂੰ ਕਿਸੇ ਨੇ ਕਿਹਾ ਸੀਗਾ ਕਿ ਭਿੰਡੀਆਂ ਦੀ ਸਬਜ਼ੀ ਤੁਸੀਂ ਸ਼ੇਅਰ ਕਰਿਓ, ਅਤੇ ਮੈਂ ਇੱਥੇ ਦੱਸਣਾ ਚਾਹੁੰਦੀ ਹਾਂ ਕਿ ਭਿੰਡੀਆਂ ਕਈ ਤਰੀਕਿਆਂ ਨਾਲ ਬਣਦੀਆਂ ਆ। ਹਰ ਇੱਕ ਘਰ ਦਾ ਆਪਣਾ ਇੱਕ ਤਰੀਕਾ ਹੁੰਦਾ ਆ, ਬਟ ਮੈਂ ਆਪਣੇ ਤਰੀਕੇ ਨਾਲ ਜਿਹੜਾ ਉਹ ਸ਼ੇਅਰ ਕਰੂੰਗੀ। ਆਈ ਹੋਪ ਕਿ ਤੁਹਾਨੂੰ ਜਿਹੜੀਆਂ ਉਹ ਪਸੰਦ ਆਉਣਗੀਆਂ। ਸੋ ਭਿੰਡੀਆਂ ਸੀਗੀਆਂ 1 ਕਿਲੋ, ਉਹਨਾਂ ਨੂੰ ਮੈਂ ਰਾਤੀ ਧੋ ਕੇ ਰੱਖ ਦਿੱਤਾ ਸੀਗਾ, ਅਤੇ ਸਵੇਰੇ ਉੱਠ ਕੇ ਜਿਹੜਾ ਮੈਂ ਛੋਟੇ ਛੋਟੇ ਗੋਲ ਗੋਲ ਪੀਸਿਸ ਵਿੱਚ ਕੱਟ ਲਿਆ, ਅਤੇ ਕੜਾਹੀ ਵਿੱਚ ਹੁਣ ਮੈਂ ਤੇਲ ਪਾ ਦਿੱਤਾ। ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਆ, ਇਹਦੇ ਵਿੱਚ ਮੈਂ ਭਿੰਡੀਆਂ ਜਿਹੜੀਆਂ ਉਹ ਤਲ ਲੈਣੀਆਂ ਆ। ਜਦੋਂ ਅਸੀਂ ਭਿੰਡੀਆਂ ਨੂੰ ਤਲਦੇ ਹਾਂ ਨਾ, ਤਾਂ ਭਿੰਡੀਆਂ ਜਿਹੜੀਆਂ ਉਹ ਲੇਸ ਨਹੀਂ ਛੱਡਦੀਆਂ। ਭਿੰਡੀਆਂ ਬਣਾਉਣੀਆਂ ਜਿਹੜੀਆਂ ਨਾ, ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਆ, ਕਿਉਂਕਿ ਭਿੰਡੀਆਂ ਕਈ ਵਾਰੀ ਬਹੁਤ ਜ਼ਿਆਦਾ ਲੇਸ ਛੱਡਦੀਆਂ ਆ, ਕਈ ਵਾਰ ਉਹਨਾਂ ਨੂੰ ਪਕਾਉਂਦੇ ਪਕਾਉਂਦੇ ਉਹਨਾਂ ਦੇ ਬੀਜ ਜਿਹੜੇ ਆ ਉਹ ਬਾਹਰ ਆ ਜਾਂਦੇ ਆ। ਮੈਨੂੰ ਜਿਹੜੇ ਆ ਜਦੋਂ ਉਹਨਾਂ ਦੇ ਬੀਜ ਬਾਹਰ ਨਿਕਲ ਆਉਂਦੇ ਆ ਨਾ, ਤਾਂ ਮੈਨੂੰ ਉਹ ਚੰਗੇ ਨਹੀਂ ਲੱਗਦੇ। ਸੋ ਮੈਂ ਮਤਲਬ ਕਿ ਕਈ ਤਰੀਕਿਆਂ ਨਾਲ ਭਿੰਡੀਆਂ ਜਿਹੜੀਆਂ ਬਣਾ ਲੈਂਦੀ ਹਾਂ, ਬਟ ਇਹ ਜਿਹੜਾ ਤਰੀਕਾ ਆ ਮੈਨੂੰ ਸਭ ਤੋਂ ਸੌਖਾ ਲੱਗਦਾ ਆ, ਅਤੇ ਮੇਰੇ ਬੱਚੇ ਜਿਹੜੇ ਉਹ ਵੀ ਆਰਾਮ ਨਾਲ ਖਾ ਲੈਂਦੇ ਆ। ਸੋ ਭਿੰਡੀਆਂ ਨੂੰ ਤਲਦੇ ਹੋਏ ਜਿਹੜਾ ਆ ਉਹ 15 ਮਿੰਟ ਲੱਗ ਜਾਣੇ ਆ, ਅਤੇ ਮੈਂ ਨਾਲ ਦੇ ਨਾਲ ਜਿਹੜੇ ਆ ਉਹ 5 ਤੋਂ 6 ਵੱਡੇ ਛੋਟੇ ਜਿਹੜੇ ਆ ਉਹ ਪਿਆਜ਼ ਲੈਂਥ ਵਾਈਜ਼ ਕੱਟ ਲਏ ਆ। ਭਿੰਡੀਆਂ ਨੂੰ ਤਲਦੇ ਹੋਏ 15 ਮਿੰਟ ਹੋ ਗਏ ਆ, ਅਤੇ ਭਿੰਡੀਆਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਸ਼ਰਿੰਕ ਵੀ ਕਰ ਗਈਆਂ ਆ, ਅਤੇ ਉਹਨਾਂ ਵਿੱਚ ਇੱਕ ਚਮਕ ਵੀ ਆ ਗਈ ਆ। ਸੋ ਇਸ ਪੁਆਇੰਟ 'ਤੇ ਆ ਕੇ ਮੈਂ ਜਿਹੜਾ ਇਹਦੇ ਵਿੱਚ ਪਾ ਦੇਣੇ ਆ ਪਿਆਜ਼। ਅਗਰ ਤੁਸੀਂ ਚਾਹੋ ਤਾਂ ਤੁਸੀਂ ਪਿਆਜ਼ ਨੂੰ ਪਹਿਲਾਂ ਵੀ ਫਰਾਈ ਕਰ ਸਕਦੇ ਹੋ, ਹਲਕੇ ਪਿੰਕ ਕਰ ਲਓ, ਬਟ ਮੈਨੂੰ ਜਿਹੜੇ ਐਵੇਂ ਹੀ ਪਸੰਦ ਆ, ਸੋ ਮੈਂ ਬਾਅਦ ਵਿੱਚ ਹੀ ਕੱਟ ਕੇ ਪਾਉਂਦੀ ਹਾਂ। ਇਹਦੇ ਨਾਲ ਜਿਹੜਾ ਭਿੰਡੀਆਂ ਦੇ ਵਿੱਚ ਪਿਆਜ਼ਾਂ ਦਾ ਇੱਕ ਕਰੰਚੀਪਨ ਹੁੰਦਾ ਨਾ, ਉਹ ਬਹੁਤ ਵਧੀਆ ਲੱਗਦਾ ਆ। ਸੋ ਪਿਆਜ਼ ਅਤੇ ਭਿੰਡੀਆਂ ਨੂੰ ਮੈਂ ਹੁਣ 10 ਮਿੰਟ ਵਾਸਤੇ ਜਿਹੜਾ ਭੁੰਨ ਲੈਣਾ ਆ। ਜਦੋਂ ਪਿਆਜ਼ ਦਾ ਜਿਹੜਾ ਕਲਰ ਆ ਉਹ ਚੇਂਜ ਹੋ ਜਾਊਗਾ, ਮਤਲਬ ਕਿ ਹਲਕੇ ਜੇ ਮਤਲਬ ਕਿ ਅੱਧੇ ਜਿਹੜੇ ਆ 50% ਕੁੱਕ ਹੋ ਜਾਣਗੇ ਨਾ, ਉਦੋਂ ਮੈਂ ਇਹਦੇ ਵਿੱਚ ਜਿਹੜੇ ਆ ਉਹ ਰੂਟੀਨ ਦੇ ਜਿਹੜੇ ਮਸਾਲੇ ਆ ਉਹ ਪਾ ਦੇਣੇ ਆ। ਸੋ ਜਿੰਨੀ ਦੇਰ ਮੇਰਾ ਪਿਆਜ਼ ਵੀ ਫਰਾਈ ਹੁੰਦਾ ਪਿਆ ਆ, ਉਨੀ ਦੇਰ ਮੈਂ ਨਾਲ ਹੀ ਕੱਟ ਲੈਣੇ ਆ ਟਮਾਟਰ ਅਤੇ ਹਰੀ ਮਿਰਚ। 3 ਹਰੀ ਮਿਰਚ ਲਈ ਆ ਅਤੇ ਟਮਾਟਰ ਲਏ ਆ 2, ਅਤੇ ਟਮਾਟਰਾਂ ਨੂੰ ਮੈਂ ਛੋਟੇ ਛੋਟੇ ਪੀਸਿਸ ਵਿੱਚ ਜਿਹੜਾ ਆ ਉਹ ਕੱਟ ਲਿਆ ਆ। ਹੁਣ ਕਈ ਜਿਹੜੇ ਆ ਉਹ ਟਮਾਟਰ ਨਹੀਂ ਪੈਂਦੇ, ਕਈ ਨਹੀਂ ਮੋਸਟਲੀ ਜਿਹੜਾ ਭਿੰਡੀਆਂ ਵਿੱਚ ਟਮਾਟਰ ਨਹੀਂ ਪੈਂਦੇ। ਮੇਰੇ ਪੇਕੇ ਘਰ ਭਿੰਡੀਆਂ ਵਿੱਚ ਟਮਾਟਰ ਨਹੀਂ ਪਾਉਂਦੇ, ਮੇਰੇ ਸਹੁਰੇ ਘਰ ਜਿਹੜੇ ਉਹ ਸਾਰੇ ਹੀ ਭਿੰਡੀਆਂ ਵਿੱਚ ਟਮਾਟਰ ਪਾਉਂਦੇ ਆ। ਸੋ ਪਿਆਜ਼ ਦਾ ਜਿਹੜਾ ਕਲਰ ਆ ਉਹ ਪਿੰਕ ਹੋ ਗਿਆ ਆ। ਇਸ ਪੁਆਇੰਟ 'ਤੇ ਆ ਕਿ ਮੈਂ ਪਾ ਦਿੱਤੇ ਆ ਰੂਟੀਨ ਦੇ ਮਸਾਲੇ, ਟੇਸਟ ਦੇ ਅਕੋਰਡਿੰਗ ਨਮਕ, 1 ਚਮਚ ਹਲਦੀ ਦਾ, 1/2 ਚਮਚ ਦੇਗੀ ਮਿਰਚ, ਅਤੇ ਨਾਲ ਹੀ ਜਿਹੜਾ ਆ 1 ਚਮਚ ਭਰ ਕੇ ਮੈਂ ਪਾ ਦੇਣਾ ਆ ਗਰਮ ਮਸਾਲੇ ਦਾ। ਤੁਸੀਂ ਜਿਹੜਾ ਆ ਉਹ ਬਾਅਦ ਵਿੱਚ ਵੀ ਪਾ ਸਕਦੇ ਹੋ, ਬਟ ਹਰ ਕਿਸੇ ਦਾ ਆਪੋ ਆਪਣਾ ਟੇਸਟ ਹੁੰਦਾ ਆ। ਅਤੇ ਨਾਲ ਹੀ ਮੈਂ ਵਿੱਚ ਪਾ ਦੇਣੇ ਆ ਕੱਟੇ ਹੋਏ ਟਮਾਟਰ ਅਤੇ ਹਰੀ ਮਿਰਚ, ਅਤੇ ਮੈਂ ਚੰਗੀ ਤਰ੍ਹਾਂ ਜਿਹੜਾ ਆ ਇਹਨਾਂ ਨੂੰ ਮਿਕਸ ਕਰ ਲਉਂਗੀ। ਹੁਣ ਤੁਸੀਂ ਵੇਖੋ ਕਿ ਮੈਂ ਜਿਹੜਾ ਆ ਉਹ ਭਿੰਡੀਆਂ ਨੂੰ ਕਿਵੇਂ ਮਿਕਸ ਕਰ ਰਹੀ ਹਾਂ। ਮੈਂ ਹਮੇਸ਼ਾ ਭਿੰਡੀਆਂ ਦੀ ਸਬਜ਼ੀ ਨੂੰ ਐਵੇਂ ਹੀ ਮਿਕਸ ਕਰਦੀ ਹਾਂ, ਇਹਦੇ ਨਾਲ ਜਿਹੜੀਆਂ ਭਿੰਡੀਆਂ ਆ ਉਹ ਟੁੱਟਦੀਆਂ ਨਹੀਂ ਆ, ਅਤੇ ਉਹਨਾਂ ਦੇ ਜਿਹੜੇ ਬੀਜ ਆ ਉਹ ਬਾਹਰ ਨਿਕਲ ਕੇ ਨਹੀਂ ਆਉਂਦੇ। ਮੈਨੂੰ ਜਿਹੜੇ ਭਿੰਡੀਆਂ ਦੇ ਬੀਜ ਆ ਉਹ ਸਬਜ਼ੀ ਵਿੱਚ ਨਜ਼ਰ ਆਉਂਦੇ ਆ ਨਾ, ਅਤੇ ਮੈਨੂੰ ਚੰਗਾ ਨਹੀਂ ਲੱਗਦਾ। ਸੋ ਮੈਂ ਭਿੰਡੀਆਂ ਨੂੰ ਹਮੇਸ਼ਾ ਐਵੇਂ ਹੀ ਬਣਾਉਂਦੀ ਹਾਂ। ਸੋ ਭਿੰਡੀ ਜਿਹੜੀ ਆ ਉਹ ਕਾਫੀ ਕੁੱਕ ਹੋ ਚੁੱਕੀ ਆ, ਮਤਲਬ ਕਿ ਟਮਾਟਰ ਵੀ ਗਲ ਗਏ ਆ। ਇਸ ਪੁਆਇੰਟ 'ਤੇ ਮੈਂ ਪਾ ਦਿੱਤਾ ਆ 1/2 ਚਮਚ ਅੰਬਚੂਰ ਪਾਊਡਰ ਦਾ, ਅਤੇ ਨਾਲ ਹੀ ਪਾ ਦਿੱਤਾ ਆ 1 ਮੁੱਠੀ ਜਿਹੜਾ ਆ, ਮੁੱਠੀ ਤੋਂ ਥੋੜ੍ਹਾ ਜਿਹਾ ਘੱਟ, ਸੁੱਕਾ ਹੋਇਆ ਪੁਦੀਨਾ। ਅਤੇ ਭਿੰਡੀਆਂ ਨੂੰ ਮੈਂ ਚੰਗੀ ਤਰ੍ਹਾਂ ਜਿਹੜਾ ਆ ਉਹ ਮਿਕਸ ਫੇਰ ਕਰ ਲਉਂਗੀ। ਹੁਣ ਮੈਨੂੰ ਸਿਰਫ 5 ਮਿੰਟ ਲਈ ਜਿਹੜਾ ਪਕਾਉਂਗੀ, ਅਤੇ ਭਿੰਡੀਆਂ ਦੀ ਸਬਜ਼ੀ ਜਿਹੜੀ ਆ ਉਹ ਬਣ ਕੇ ਤਿਆਰ ਆ। ਵੇਖਣ ਨੂੰ ਤੁਸੀਂ
ਕਿੰਨਾ ਸੋਹਣਾ ਕਲਰ ਆਇਆ ਹੈ ਨਾ, ਬਹੁਤ ਹੀ ਟੇਸਟੀ ਬਣਦੀ ਆ। ਨਾ ਤਾਂ ਭਿੰਡੀ ਕੱਚੀ ਰਹਿੰਦੀ ਆ, ਨਾ ਭਿੰਡੀ ਦੇ ਬੀਜ ਬਾਹਰ ਨਿਕਲ ਕੇ ਆਉਂਦੇ ਆ। ਟਮਾਟਰ ਦਾ ਇਹਦੇ ਵਿੱਚ ਇੱਕ ਆਪਣਾ ਟੇਸਟ ਹੁੰਦਾ ਆ। ਮੇਰੇ ਬੱਚੇ ਬੜੇ ਸ਼ੌਂਕ ਨਾਲ ਖਾਂਦੇ ਆ, ਸੋ ਮੈਨੂੰ ਜਿਹੜਾ ਇਸ ਤਰ੍ਹਾਂ ਹੀ ਭਿੰਡੀਆਂ ਬਣਾਉਣਾ ਜਿਹੜਾ ਵਧੀਆ ਲੱਗਦਾ ਆ। ਸੋ ਥੈਂਕ ਯੂ ਫੋਰ ਵਾਚਿੰਗ।